ਚਲੋ ਸਾਰੇ ਵੀਰਾਂ ਨੂੰ ਮੇਰੀ ਤਰਫੋਂ ਸਭ ਤੋਂ ਪਹਿਲੇ ਅਸਲਾਮੁ ਅਲੈਕੁਮ। ਅੱਜ ਮੈਂ ਆਪਣੇ ਕੁਝ ਸਿੰਘ ਭਾਈਆਂ ਦੀ ਫਰਮਾਇਸ਼ 'ਤੇ ਉਹਨਾਂ ਦੇ ਬਜ਼ੁਰਗਾਂ ਦੇ ਪੁਰਾਣੇ ਪਿੰਡ ਜਿਹੜਾ COK ਜਿਹੜਾ ਕਿ ਤਹਿਸੀਲ ਨੌਸ਼ਹਿਰਾ ਵਿਰਕਾ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਆਉਂਦਾ, ਉੱਥੇ ਆਇਆ ਹੋਇਆ ਹਾਂ। ਜਿਹਦੇ ਮਸ਼ਰਕ ਸਾਈਡ 'ਤੇ ਪਿੰਡ ਮਦਨ ਫਿੱਲਾ ਅਤੇ ਮਗਰਬ ਸਾਈਡ 'ਤੇ ਜਾਤਕੇ ਨਾਮ ਦਾ ਪਿੰਡ, ਉਸ ਤੋਂ ਬਾਅਦ ਸ਼ਮਾਲ ਸਾਈਡ 'ਤੇ ਜੱਲਨ, ਜਨੂਬ ਸਾਈਡ 'ਤੇ ਵਿੰਨੀ ਪਿੰਡ ਆਉਂਦਾ, ਉੱਥੇ ਆਇਆ ਹੋਇਆ ਵਾਂ। ਅਤੇ ਇਹ ਜਿਹੜਾ ਤੁਹਾਨੂੰ ਬੈਕ ਸਾਈਡ 'ਤੇ ਪਿੰਡ ਨਜ਼ਰ ਆ ਰਿਹਾ, ਇਹ ਸਾਰਾ ਪਿੰਡ COK ਹੈ। ਅਤੇ ਸੋਚਿਆ ਵੀਰਾਂ ਦੇ ਨਾਲ ਨਾਲ ਤੁਹਾਨੂੰ ਵੀ ਦਿਖਾ ਦਿਆਂ। ਅਤੇ ਸਾਰੇ ਵੀਰਾਂ ਅੱਗੇ ਰਿਕੁਐਸਟ ਹੈ, ਮੇਰਾ ਇੱਕ ਯੂਟਿਊਬ ਚੈਨਲ ਹੈ ਜਿਸ ਦਾ ਨਾਮ 1947 ਦਾ ਪੰਜਾਬ ਹੈ, ਉਹਦੇ ਨਾਲ ਨਾਲ ਮੇਰਾ ਫੇਸਬੁੱਕ ਪੇਜ ਅਤੇ ਫੇਸਬੁੱਕ ਗਰੁੱਪ ਵੀ ਹੈ, ਉਹਦਾ ਨਾਮ ਵੀ 1947 ਦਾ ਪੰਜਾਬ ਹੈ। ਉਸ ਨੂੰ ਲਾਈਕ ਅਤੇ ਸ਼ੇਅਰ ਕਰੋ। ਅਤੇ ਚਲੋ ਦਿਖਾਉਣ ਜਾ ਰਹੇ ਹਾਂ ਭਾਈ ਯਾਰਾਂ ਨੂੰ ਨਾਲ ਪਿੰਡ। ਲਓ ਜੀ, ਅਸੀਂ ਹੁਣ COK ਪਿੰਡ ਵਿੱਚ ਦਾਖਲ ਹੋ ਰਹੇ ਹਾਂ। ਇਹ ਜਿਹੜਾ ਰਸਤਾ ਜਾ ਰਿਹਾ ਜਨਾਬ ਜਾਂਦਾ ਵਿੰਨੀ ਪਿੰਡ ਵੱਲ, ਤਾਂ ਸਿੱਧਾ ਜਿੱਧਰ ਅਸੀਂ ਜਾ ਰਹੇ ਹਾਂ ਘਰ ਅੱਗੇ ਆਉਂਦਾ ਵਿੰਨੀ ਪਿੰਡ।
ਅੱਛਾ ਤਾਂ ਆ ਗਈ ਤਾਂ ਰਸਤੇ ਵੱਲ ਅਸੀਂ ਜਾ ਰਹੇ ਹਾਂ ਜਨਾਬ ਤੁਹਾਡੇ ਘਰ ਤੋਂ ਦਿੱਲੀ ਪਿੰਡ ਜਿਹੜਾ ਆਉਂਦਾ ਉੱਧਰ ਜਾ ਰਿਹਾ ਰਸਤਾ। ਕਿਲੋਮੀਟਰ ਦੂਰ ਅੱਗੇ ਪਿੰਡ ਦਿੱਲੀ ਜਨਾਬ ਤੁਹਾਡੇ ਪਿੰਡ ਆਲੂ ਦੀ ਫਸਲ ਲੱਗੀ ਹੋਈ ਹੈ, ਕਿਸਾਨ ਕਾਸ਼ਤ ਕਰ ਰਹੇ ਨੇ ਸਾਹਮਣੇ, ਨਾਲ ਥੋਮ ਲਾਇਆ ਹੋਇਆ ਮੈਂ। ਇਹ ਮਸਜਿਦ ਆ ਗਈ ਹੈ ਤੁਹਾਡੇ ਪਿੰਡ ਦੀ ਇੱਕ ਹੋਰ। ਲਓ ਯਾਰ ਤੁਹਾਡੇ ਪਿੰਡ ਦੀ ਗਲੀ ਵੀ ਤੁਹਾਨੂੰ ਦਿਖਾ ਛੱਡੀ ਹੈ, ਚੱਲ ਸਟਾਪ ਕਰ ਯਾਰ।